ਖਰਚਾ ਤੇ ਖਰਚਾ ਲੀਡਰ ਸਾਹਿਬਾਂ ਔਰ ਸਾਡੇ ਮਿਊਂਸੀਪਲ ਕਾਰਪੋਰੇਸ਼ਨ ਦੇ ਚਾਰੇ ਮਿਊਂਸੀਪਲ ਕਾਉਂਸਲਰ ਮੈਂਬਰ ਸਾਹਿਬਾਨ ਔਰ ਸਾਰੀਆਂ ਜਿੰਨੇ ਵੀ ਦੂਰੋਂ ਨੇੜੋਂ ਚੱਲ ਕੇ ਆਏ ਆ ਸਾਰਿਆਂ ਤੋਂ ਪਹਿਲਾਂ ਸਭ ਨੂੰ ਮੈਂ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਖੀਰਪੁਰ ਖੀਰੀ ਦੇ ਵਿੱਚ ਜਿਹੜਾ ਮੰਦਭਾਗੀ ਘਟਨਾ ਹੋਈ ਹੈ ਪਰ ਇਹ ਕੋਈ ਪਹਿਲੀ ਘਟਨਾ ਨਹੀਂ। ਕਈਆਂ ਨੇ ਅਸੀਂ ਉਹਨਾਂ ਦਾ ਦੇਣਾ ਨਹੀਂ ਦੇ ਸਕਦੇ ਕਿਉਂਕਿ ਆਉਣ ਵਾਲੀਆਂ ਪੀੜ੍ਹੀ ਲਈ ਲੜ ਰਹੇ ਆ, ਉਹ ਸਾਡੇ ਲਈ ਲੜ ਰਹੇ ਆ, ਸਾਡੇ ਵਜੂਦ ਲਈ ਲੜ ਰਹੇ ਆ। ਸਾਨੂੰ ਉਹਨਾਂ ਦੀ ਪੂਰੀ ਹਮਾਇਤ ਕਰਨੀ ਚਾਹੀਦੀ ਆ ਕਿਉਂਕਿ ਜੇ ਕਿਸਾਨ ਸੁਖੀ ਆ ਤਾਂ ਆਪਾਂ ਸੁਖੀ ਆ, ਤੇ ਜੇ ਆਪਾਂ ਕਿਸਾਨ ਨੂੰ ਸਮਝਾਂਗੇ ਵੀ ਕਿਸਾਨਾਂ ਦਾ ਕੀ ਆ, ਇਹ ਐਵੇਂ ਸੰਘਰਸ਼ ਕਰਦੇ ਆ ਵੀ ਸਾਡਾ ਕੋਈ ਮਤਲਬ ਨਹੀਂ। ਆਪਾਂ ਹਰ ਇੱਕ ਚੀਜ਼ ਦਾ ਟੈਕਸ ਦੇ ਕੇ ਇੱਥੇ ਪਹੁੰਚ ਗਏ ਆ, ਟੈਕਸ ਆਪਾਂ ਦਿੰਦੇ ਹਾਂ, ਪਰ ਸਰਕਾਰਾਂ ਨੀਤੀਆਂ ਮਾੜੀਆਂ ਹੋਣ ਕਰਕੇ, ਨੀਤ ਮਾੜੀ ਹੋਣ ਕਰਕੇ ਅੱਜ ਆਪਣਾ ਮੁਲਕ ਮੁਲਕ ਜਾਈ ਹੋਇਆ ਪਿਆ। ਜਿਹੜੇ ਆਪਣੇ ਨਾਲ ਦੇਸ਼ ਮੁਲਕ ਇੰਨੇ ਅੱਗੇ ਯਾਦ ਹੋਏ ਸੀ ਉਹਨਾਂ ਦੀ ਕਿੱਥੇ ਸਥਿਤੀ ਪਹੁੰਚ ਗਈ ਅਤੇ ਆਪਣੀ ਕਿੱਥੇ ਪਹੁੰਚ ਗਈ, ਸਿਰਫ ਇਹਦਾ ਕਾਰਨ ਇੱਕ ਇਹੀ ਆ ਜਿਹੜਾ ਭ੍ਰਿਸ਼ਟਤੰਤਰ, ਜਿਹੜਾ ਇਹ ਪੂੰਜੀਵਾਦ ਹਾਵੀ ਹੋਇਆ ਗਿਆ, ਜਾਂ ਜਿਹੜੇ ਸੱਤਾ ਦੇ ਵਿੱਚ ਆਉਂਦੇ ਆ, ਭਲਾ ਉਹ ਬਾਗ ਪਰਿਵਾਰ ਹੋਵੇ, ਭਲਾ ਉਹ ਕੈਪਟਨ ਪਰਿਵਾਰ ਹੋਵੇ, ਉਹ ਆਪਣੇ ਰਿਸ਼ਤੇਦਾਰੀਆਂ ਨੂੰ, ਆਪਣੇ ਸੱਜਣਾ ਮਿੱਤਰਾਂ ਨੂੰ ਪੂਰੀ ਛੂਟ ਦਿੰਦੇ ਆ ਵੀ ਤੁਸੀਂ ਰੱਜ ਕੇ ਮਾਈ ਨਿਕਲੋ, ਰੱਜ ਕੇ ਮਾਝੀ ਅਟਕਾਓ, ਰੱਜ ਕੇ ਲੁੱਟ ਕਰੋ, ਲੱਗ ਕੇ ਕਬਜ਼ਾ ਕਰੋ, ਭਾਅ ਮੌਕੇ ਦੀ ਗੱਲ ਕਰਦੀ ਹੈ। ਜਿਹੜਾ ਮਰਜ਼ੀ ਪਾ ਦਿਓ ਤਾਂ ਮਾਝੀ ਜਾਣਾ। ਮੋਦੀ ਮਰ ਗਿਆ, ਮੋਦੀ ਮਰ ਗਿਆ, ਪਿੱਛੇ ਰਹਿ ਗਿਆ ਤੁਸੀਂ, ਮੋਦੀ ਮਰ ਗਿਆ।